ਆਪਾਂ ਸਾਰੇ ਮੰਗਤੇ ਹੀ ਹਾਂ, ਦਾਤਾ ਤੇ ਇੱਕੋ ਹੀ ਹੈ, ਇੱਥੇ ਆਪਾਂ ਸਾਰੇ ਮੰਗਤਿਆਂ ਦੀ ਲਾਈਨ ਵਿੱਚ ਖੜੇ ਹਾਂ। ਇਹ ਗੱਲ ਵੱਖਰੀ ਹੈ ਕਿ ਚੌਂਕ ਤੇ ਖਲੋਤਾ ਹੋਇਆ ਮੰਗਤਾ 2, 4, 10, 20 ਰੁਪਈਏ ਮੰਗਦਾ ਹੈ, ਧਿਆਨ ਦੇਣਾ ਹੈ, ਉਹ ਵੀ ਮੰਗਦਾ ਹੈ। ਹਾਂ ਆਪਾਂ ਵੀ ਮੰਗਦੇ, ਆਪਣੀ ਭੁੱਖ ਹਜ਼ਾਰਾਂ ਵਿੱਚ ਬਦਲ ਗਈ, ਜਿਨ੍ਹਾਂ ਨੂੰ ਹਜ਼ਾਰਾਂ ਮਿਲੇ ਹੋਏ ਨੇ ਉਹਨਾਂ ਦੀ ਭੁੱਖ ਲੱਖਾਂ ਵਿੱਚ ਬਦਲ ਗਈ, ਜਿਨ੍ਹਾਂ ਨੂੰ ਲੱਖ ਮਿਲ ਗਏ ਉਹਨਾਂ ਦੀ ਭੁੱਖ ਕਰੋੜਾਂ ਵਿੱਚ ਤਬਦੀਲ ਹੋ ਚੁੱਕੀ ਹੈ, ਜਿਹੜੇ ਕਰੋੜਪਤੀ ਬਣ ਗਏ, ਕਰੋੜਾਂ ਦੇ ਮਾਲਕ ਹੋ ਨਿਬੜੇ, ਉਹਨਾਂ ਦੀ ਜਿਹੜੀ ਭੁੱਖ ਹੈ ਉਹ ਮਿਟੀ ਨਹੀਂ ਬਲਕਿ ਵੱਧ ਕੇ ਅਰਬਾਂ ਦੀ ਭੁੱਖ ਬਣ ਗਈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੀ ਦੁਨੀਆ ਹੀ ਭਿਖਾਰੀਆਂ ਦੇ ਨਾਲ, ਮੰਗਤਿਆਂ ਦੇ ਨਾਲ ਭਰੀ ਹੋਈ ਮੈਨੂੰ ਨਜ਼ਰ ਆਈ। ਦਾਤਾ ਕੌਣ ਹੈ? ਸੰਤਨ ਬਿਨ ਅਵਰ ਨਾ ਦਾਤਾ ਬਈਆ, ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ। ਗੁਰੂ ਤੋਂ ਬਿਨਾਂ ਕੋਈ ਦਾਤਾ ਨਹੀਂ ਸੰਸਾਰ ਵਿੱਚ, ਸਾਰੇ ਹੀ ਮੰਗਤੇ ਨੇ। ਇੱਕ ਦਾਤਾ ਸਭ ਜਗਤ ਭਿਖਾਰੀ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੀ ਦੁਨੀਆ ਭਿਖਾਰੀਆਂ ਦੇ ਨਾਲ ਭਰੀ ਹੋਈ, ਦਾਤਾ ਕੇਵਲ ਇੱਕੋ ਹੀ ਹੈ। ਪਰ ਇਹ ਗੱਲ ਸੱਚ ਹੈ ਗੁਰਮੁਖੋ, ਜੇ ਉਸ ਦਾਤੇ ਨੂੰ ਆਪਾਂ ਖੁਸ਼ ਕਰ ਲਈਏ, ਜੇ ਉਸ ਦਾਤੇ ਦੇ ਚਰਨਾਂ ਵਿੱਚ ਜਾ ਕੇ ਸਾਨੂੰ ਮੰਗਣ ਦੀ ਜਾਚ ਆ ਜਾਏ, ਹਿਰਦੇ ਦੀ ਝੋਲੀ ਫੈਲਾਉਣ ਦੀ ਜਾਚ ਆ ਜਾਏ, ਆਪਣੇ ਦਾਤੇ ਨੂੰ ਖੁਸ਼ ਕਰਨ ਦਾ ਸਾਨੂੰ ਵੱਲ ਆ ਜਾਏ, ਸਾਡੇ ਜੀਵਨ ਵਿੱਚ ਉਹ ਜੁਗਤ ਆ ਜਾਏ ਜਿਹੜੀ ਜੁਗਤ ਨੂੰ ਅਪਣਾ ਕੇ ਆਪਾਂ ਗੁਰੂ ਦੀ ਖੁਸ਼ੀ ਲੈ ਸਕਦੇ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਨੇ ਇੱਕ ਖਿਨ ਦੇ ਵਿੱਚ ਇੰਨੀਆਂ ਵੱਡੀਆਂ ਦਾਤਾਂ ਦੇ ਨਾਲ ਤੈਨੂੰ ਨਵਾਜ ਦੇਣਾ ਹੈ, ਮੁੜ ਕੇ ਤੇਰੇ ਹਿਰਦੇ ਦਾ ਖਜ਼ਾਨਾ ਕਦੇ ਖਾਲੀ ਨਹੀਂ ਹੋਵੇਗਾ, ਬੇਸ਼ੱਕ ਤੂੰ ਆਪ ਵੀ ਛਕਦਾ ਰਹੀਂ, ਦੂਜਿਆਂ ਨੂੰ ਵੀ ਵਰਤਾਉਂਦਾ ਰਹੀਂ, ਤੇਰੇ ਭੰਡਾਰੇ ਇੰਨੇ ਕੁ ਭਰ ਜਾਣਗੇ ਮੁੜ ਕੇ ਮੁੱਕਣੇ ਨਹੀਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਵੱਡਾ ਦਾਤਾ, ਉਹਦੀਆਂ ਦਾਤਾਂ ਵੀ ਉਨੀਆਂ ਵੱਡੀਆਂ। ਆਪਾਂ ਕੀਰਤਨ ਸੋਹਲੇ ਦੀ ਪਾਵਨ ਬਾਣੀ ਦੇ ਵਿੱਚ ਸ਼ਬਦ ਪੜ੍ਹਦੇ ਹਾਂ, ਤੇਰਾ ਦਾਨ ਹੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਮੇਰੇ ਮਾਲਕਾ, ਮੈਂ ਤੇ ਤੇਰੀਆਂ ਦਾਤਾਂ ਦੀ ਕੀਮਤ ਨਹੀਂ ਪਾ ਸਕਦਾ, ਤੇਰੀ ਕੀਮਤ ਕਿਵੇਂ ਪਾ ਸਕਦਾ? ਤੇਰੀਆਂ ਦਾਤਾਂ ਇੰਨੀਆਂ ਕੁ ਵੱਡੀਆਂ ਨੇ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਤੇਰੀ ਗਿਣਤੀ ਤੇਰੀ ਕੀਮਤ ਕੌਣ ਪਾ ਸਕਦਾ ਹੈ? ਤੇ ਸੱਚ ਜਾਣਿਓ ਗੁਰਮੁਖੋ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਵਿੱਚੋਂ ਨਾਮ ਦੀ ਬੰਦਗੀ ਦੀ, ਸਿਮਰਨ ਦੀ, ਵਾਹਿਗੁਰੂ ਜੀ ਦੀ ਮਿੱਠੀ ਯਾਦ ਦੀ ਅਮੋਲਕ ਦਾਤ ਨੂੰ ਪ੍ਰਾਪਤ ਕਰ ਲਿਆ, ਉਹਨਾਂ ਦੇ ਅੰਦਰ ਇਸ ਤਰ੍ਹਾਂ ਦਾ ਬਰਕਤਾਂ ਦੇ ਨਾਲ ਭਰਿਆ ਹੋਇਆ ਖਜ਼ਾਨਾ ਇਕੱਠਾ ਹੋ ਗਿਆ, ਮੁੜ ਕੇ ਹੋਰ ਦਰ ਤੇ ਜਾ ਕੇ ਉਹਨਾਂ ਨੂੰ ਮੰਗਣ ਦੀ ਲੋੜ ਨਾ ਰਹੀ, ਉਹ ਆਪ ਵੀ ਰੱਜ ਗਏ ਤੇ ਆਪਣੇ ਸੰਗੀਆਂ ਨੂੰ ਵੀ ਉਹਨਾਂ ਨੇ ਰਜਾ ਦਿੱਤਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜੋ ਇੱਕ ਮਨ ਇੱਕ ਚਿੱਤ ਅਰਾਧ ਦੇ, ਤਿੰਨ ਕੀ ਬਰਕਤ ਖਾਹੇ ਲਾਖ ਅਸੰਖ ਕਰੋੜੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਤੇਰੀ ਆਰਾਧਨਾ ਕੀਤੀ, ਤੈਨੂੰ ਸਿਮਰਿਆ, ਤੈਨੂੰ ਯਾਦ ਕੀਤਾ, ਉਹਨਾਂ ਦੀਆਂ ਬਰਕਤਾਂ ਨੂੰ ਲੱਖਾਂ ਕਰੋੜਾਂ ਲੋਕ ਖਾਂਦੇ ਰਹੇ ਪਰ ਉਹਨਾਂ ਦੇ ਜੀਵਨ ਦੀਆਂ ਬਰਕਤਾਂ ਮੁੱਕ ਨਾ ਸਕੀਆਂ, ਘਟ ਨਾ ਸਕੀਆਂ।